बहन के खसमों कभी लुगाई नहीं देखी के किस तरह सिटी मारे पूरा खुंडो हो रहा तीमी देख के आए मच्छर दा कमाल कर दिया कमाल केड़ा भैन दा खसम कहना मैं बुढ़ा हो रहा मेरी गल शरीर मेरा ऐ चलदा जे मैं थाने च पटा चलदा हुंदा गल्ला मार दिया गुलगुला दमा दूध च पत्ती पाके आ दे ਭੜਜਾਈ ਨੇ ਮੇਰੇ ਕੋ ਨਹੀਂ ਡੇਗੀ ਦੀ ਜੁੱਤੀ ਮੈਨੂੰ ਦੇ ਮੇਰੀ ਮੈਨੂੰ ਕਿਹਾ ਵੀ ਚਾਹ ਪਿਆਉਂ ਓਲੇ ਛਰਮਣੀਆਂ ਦੀ ਛਰਮਣੀਆਂ ਦੀ ਭਾਈ ਐ ਯਾਰ ਛਰਫਾਸ਼ ਪਾ ਦੀਏ ਗਲ ਫੜਾ ਹਦੇ ਦਾ ਨੇ ਮੇਰੇ ਛੜ ਆ ਫਿਰ ਲਹੂ ਪੀ ਰੱਖਿਆ ਆ ਜਾ ਯਾਰ ਪੋਲੇ ਪਾ ਪਚਾ ਬੜਾ ਬਚੇ ਬਈ ਅੱਜ ਤਾਂ ਨੌ ਤੀ ਚਵਾਰਾ ਰਹਿ ਗਿਆ ਹੈ ਗੁਣਗਣੇ ਤੈਨੂੰ ਆਹ ਪਤਾ ਇਹ ਰੋਜ਼ ਤੈਅ ਕਰ ਦੋ ਕਰਾਉਂਦਾ ਇਹ ਇਹਨਾਂ ਦੀ ਤੜਕੀ ਤਾਰ ਕੇ ਉੱਥੇ ਪਾ ਜਾਂਦਾ ਹੱਥ ਨੇ ਕਹਿੰਦੇ ਤੈਅ ਕਰ ਦੋ ਓਏ ਮੈਨੂੰ ਕੀ ਪਤਾ ਹੁਣ ਪਾਣੀ ਨਹੀਂ ਕਰਨੇ ਨਹੀਂ ਹੋਈ ਧੋ ਦਿੰਦੇ ਇਹਨਾਂ ਨੂੰ ਮੇਰੇ ਤਾਂ ਆਪ ਨਹੀਂ ਹੁਣ ਤੱਕ ਸਾਂਭ ਚਾਹੀ ਗੱਲ ਓਏ ਅੱਜ ਉਹਨੂੰ ਪੁੱਛਾਂਗੇ ਕਰੂੰ ਮੈਂ ਉਹਦੇ ਨਾਲ ਡਿਬੇਟ ਕਰਾਂਗੇ ਗੱਲ ਉਹਦੇ ਨਾਲ ਵੀ ਦੱਸ ਤਾਂ ਦੇ ਗੱਲ ਕੀ ਹੈ ਹੋਰ ਪਤਾ ਤਾਂ ਲੱਗੇ ਇੱਕ ਭੈਣ ਦੇਣੇ ਦੀ ਆਹ ਨਹੀਂ ਮੱਚਦੀ ਅੱਗ ਜੀ ਆਪਣੇ ਤੋਂ ਤਾਂ ਆਹ ਵੀ ਨਹੀਂ ਮੱਚਦੀ ਓਏ ਅੱਗ ਤਾਂ ਕੰਜਰ ਦੇ ਆਪਣੀ ਭਰਜਾਈ 'ਚ ਬਹੁਤ ਹੈ ਹਾਂ ਬੁੜਕ ਬੁੜਕ ਪੈਂਦੀ ਆ ਐਂ ਲੱਗਦਾ ਵੀ ਦੰਦੀ ਵੱਡੂ ਮਾੜਾ ਜਿਹਾ ਕੁਛ ਕਹਿ ਕੇ ਦੇਖ ਲਈ ਊਂ ਇੱਕ ਗੱਲ ਹੈ ਭਰਜਾਈ ਤਾਂ ਨਹੀਂ ਇਹੋ ਜਿਹੀ ਹੈਗੀ ਉਹ ਤਾਂ ਨਰਮ ਬਹੁਤ ਹੈ ਭੋਲੇ ਇਹ ਤਾਂ ਆਪਣੇ ਵਾਲੇ ਨਾਗ ਨੇ ਸਿਖਾਈ ਹੋਈ ਆ ਉਹ ਉੱਤੇ ਬੈਠਾ ਰਹੂ ਕੁੰਡਣੀ ਮਾਰ ਕੇ ਏਦਾਂ ਖਸਮ ਮੰਗ ਰਹੇ ਆ ਜਾਂਦਾ ਮੇਲ ਦਾ ਉਹਦੇ 2 ਮਿੰਟ ਨਹੀਂ ਕੱਲੀ ਖੜਦਾ ਹੋਣ ਉਹਨੂੰ ਪਤਾ ਹੈ ਉਹਨੂੰ ਹਾਂ ਵੀ ਸੋਹਣੇ ਸੁਨੱਖੇ ਨੇ ਇਹ ਹੈਂ ਕੁਝ ਵੀ ਹੋ ਸਕਦਾ ਇਹ ਤਾਂ ਰਿਸ਼ਤੇ ਜ਼ਮੀਨਾਂ ਨੂੰ ਹੋ ਗਏ ਗੁਣਗਣਿਆ ਉਹ ਇੱਕ ਗੱਲ ਹੈ ਪੋਨੇ ਛੜਿਆਂ ਦੀ ਮੌਜ ਤਾਂ ਬਹੁਤ ਹੈ ਪਰ ਮੇਰੇ ਛੜੇ ਦੀ ਇੱਜ਼ਤ ਨਹੀਂ ਮੌਜ ਦਾ ਵੀ ਕੀ ਕਰਾਂਗੇ ਹੈ ਨਾ ਮੌਜ ਸਾਲਿਆ ਕੀ ਥੁਣਥਣੇ ਦੀ ਆਪਣੀ ਕੀ ਮੌਜ ਹੈ ਤੇਰੀ ਉਹ ਵੀ ਠੀਕ ਹੈ ਮੇਰਾ ਪਿੰਡ 'ਚ ਕੋਈ ਕੁੜੀ ਆਪਾਂ ਨੂੰ ਨਹੀਂ ਦੇਖਦੀ ਕੋਈ ਬੁੜੀ ਆਪਣੇ ਗਣੀ ਨਹੀਂ ਝਾਕਦੀ ਹੋਰ ਤਾਂ ਹੋਰ ਜੇ ਕੋਈ 70 ਸਾਲ ਦੀ ਬੁੜੀ ਨੂੰ ਬੇਬੇ ਕਹਦੀ ਉਹ ਵੀ ਸ਼ੱਕ ਕਰਦੀ ਹੈ ਆਪਣੇ ਤੇ ਇਹ ਵੀ ਹੈ ਨਾ ਰਿਸ਼ਤੇਦਾਰ ਆਪਣੇ ਨਹੀਂ ਕੋਈ ਵੜਦਾ ਆ ਕੇ ਇਹਦਾ ਮਤਲਬ ਭੂਆ ਵੀ ਆਣੋ ਹਟ ਗਈ ਹੋਰ ਕਿ ਮੈਥੋਂ ਕੀ ਕਹਾਂਗੇ ਇਹਦਾ ਮਤਲਬ ਫਿਰ ਆਪਾਂ ਜੀਨੋ ਆ ਜੀਰੋ ਕੀ ਆ ਯਾਰ ਮਰੇ ਚੰਗੇ ਇਹਦੇ ਨਾਲ ਮਨੇ ਚੰਗੇ ਫਲੈ ਲਈਏ ਫਿਰ ਘੜ ਫੜਾ ਹੱਜ ਕੰਦਰ ਦੇ ਦੇ ਗਲ ਫਰਾਹ ਲੈ ਲਿਆ ਐਂ ਡਰ ਕਈ ਵਾਰੀ ਹੋਵੇ ਕੋਈ ਲੇਖਾਂ 'ਚ ਲੇਟ ਹੋ ਰਹੀ ਹੋਵੇ ਓਏ ਇਹ ਵੀ ਅਮਣ ਕਰੇ ਆਪਣੇ ਨਾਲ ਬੱਡੜ ਲੈ ਜੇ ਉਹ ਤਾਂ ਜੇ ਆਪਾਂ ਮਰ ਗਏ ਕੰਦਰ ਦੇ ਜ਼ਮੀਨ ਉਹਦੇ ਨਾਲ 2 ਮਿੰਟ ਲਾਉ ਵਿਆਹ ਕਰਾਉਣ ਨੂੰ ਫੇਰ ਨਹੀਂ ਬੋਲੇ ਕੋਈ ਨਹੀਂ ਕੋਈ ਨਹੀਂ ਦੇਖ ਲਈ ਨਾ ਮੈਂ ਵੀ ਰੱਬਾ ਲੰਬੀਆਂ ਉਂਗਲਾਂ ਬਖਸ਼ੀ ਬਖਸ਼ੀ ਬੋਲ ਹੇ ਮੇਰੇ ਰੱਬਾ ਮੈਂ ਤਾਂ ਇੱਕ ਅਰਦਾਸ ਕਰਦਾ ਵੀ ਸਾਡੇ ਵਾਲੇ ਭੋਲੇ ਦੇ ਤਨਾਟ ਦੀ ਵੀ ਉਮਰ ਮੈਨੂੰ ਲੱਗ ਜੇ ਆਹੋ ਲੱਗ ਜੇ ਭੈਣ ਦੀ ਤੈਨੂੰ ਉਮਰ ਵੱਡੇ ਰਾਂਝੇ ਨੂੰ ਤੇਰਾ ਫੇਰ ਵੀ ਨਹੀਂ ਹੋਣਾ ਗੁਣਗਣਿਆ ਇੱਕ ਗੱਲ ਹੈ ਯਾਰ ਆਪਣਾ ਵਿਆਹ ਇੱਕ ਕਦੋਂ ਕਾਰਨਾਂ ਕਰਕੇ ਹੋਰ ਅੜਿਆ ਹੋਇਆ ਲੱਗਦਾ ਮੈਨੂੰ ਕਿਵੇਂ ਹੋਏ ਇੱਕ ਤਾਂ ਸਾਲੀ ਜਿਹੜੀ ਆ ਅੱਲ ਪੈ ਗਈ ਆਪਣੇ ਲੁੱਚਿਆਂ ਦੇ ਪੀਰ ਵਾਲੀ ਇਹ ਮਰਵਾਉਂਦੀ ਆ ਮਰਵਾਉਂਦੀ ਆ ਦੂਜਾ ਨੰਬਰ ਜੇ ਕੋਈ ਆਪਣੇ ਕੋਈ ਹੁੰਦਾ ਕੋਈ ਨਾਨਾ ਨਾਨੀ ਮਾਮੀ ਜਾਂ ਮਾਮਾ ਕੋਈ ਹੁੰਦਾ ਇਸ ਤਾਂ ਹੋ ਜਾਂਦਾ ਐਸੀ ਕੀ ਗੱਲ ਹੈ ਯਾਰ ਬਿਨਾ ਜ਼ਮੀਨ ਵਾਲਿਆਂ ਦੇ ਵੀ ਹੁੰਦੇ ਨੇ ਹੁੰਦੇ ਨੇ ਲੈ ਕਮਾਣ ਦੀ ਗੱਲ ਮਲੰਗ ਤੋਂ ਮਲੰਗ ਬੰਦੇ ਦਾ ਵੀ ਹੋ ਜਾਂਦਾ ਭੋਲੇ ਹੁੰਦਾ ਮਾਮਾ ਨਹੀਂ ਹੈਗਾ ਕੋਈ ਆਪਣੇ ਜੇ ਕੋਈ ਮਾਮਾ ਮੂਮਾ ਹੁੰਦਾ ਆਪਣਾ ਪਤਾ ਲੱਗਦਾ ਆਪਣਾ ਕੀ ਸਿਸਟਮ ਹੈ ਕੌਣ ਕਹਿੰਦਾ ਤੁਹਾਡਾ ਮਾਮਾ ਨਹੀਂ ਹੈ ਲਓ ਆ ਗਿਆ ਤੁਹਾਡਾ ਮਾਮਾ
ਉਹ ਪਾਣੀ ਢਾਣੀ ਪਿਆਓ, ਸਤਿ ਸ੍ਰੀ ਅਕਾਲ ਕਰੋ ਤੇ ਖੈਰ ਨਹੀਂ ਕਿਸੇ ਨੇ ਉਠਾਉਣੀ। ਓਏ ਹੋਰ ਮਾਮਾ ਤੁਹਾਡਾ ਸਿਹਾਲ ਵਾਲਾ ਪਹਿਲਾਂ ਤਾਂ ਕਿਤੇ ਦੇਖਿਆ ਨੀ ਜੀ ਅਸੀਂ ਐਡੇ ਐਡੇ ਹੋ ਗਏ। ਉਹ ਪੁੱਤ ਜਦ ਮੈਂ ਆਉਂਦਾ ਹੁੰਦਾ ਤੇ ਉਦੋਂ ਐਡੇ ਐਡੇ ਕੁ ਹੁੰਦੇ ਤੇ ਤੁਸੀਂ ਛੋਟੇ ਛੋਟੇ। ਫਿਰ ਮੈਂ ਵਗਿਆ ਬਾਹਰਲੇ ਮੁਲਖ ਡਬਈ, ਬਸ ਹੁਣ ਆਇਆ ਡਬਈ। ਹੋਰ ਡਬਈ ਵਗਿਆ ਸੀ ਮੈਂ ਬਾਹਰਲੇ ਦੇਸ਼ੋਂ ਆਇਆ ਮਾਮਾ ਤੂੰ। ਹਾਂ ਬੈਂਕ ਤਾਂ ਬਾਹਰਲੇ ਦੇਸ਼ਾਂ ਵਾਲਾ ਲੱਗਦਾ, ਨਹੀਂ ਤਾਂ ਐਂ ਲੱਗਦਾ ਵੀ ਉਹ 50-50 ਜਣੇ ਨਹੀਂ ਹੁੰਦੇ ਸੜਕਾਂ ਤੇ। ਉਹ ਪਾਣੀ ਪਿਆ ਦੇ ਮੇਰੇ ਯਾਰ। ਬੋਲ ਪੈ ਹੁਣ, ਵਿੱਚੇ ਪੁੜ ਪੁੜ ਕਰੀ ਜਾਂਦੀ, ਤੂੰ ਦੱਸ ਦੇ ਕੀ ਗੱਲ ਕਰਨੀ ਸੀ। ਫਿਰ ਕਹਿ ਦੂ ਕੀ ਤੱਤਾ ਬੋਲਦਾ, ਤੱਤਾ ਬੋਲਣਾ ਦੱਸ ਕੀ ਕਰੇ। ਗੱਲ ਤਾਂ ਜੀ ਐਵੇਂ ਆ, ਆ ਪਰਸੋਂ ਚੌਥੇ ਆਪਾਂ ਜਦੋਂ ਬਾਗਲ 'ਚ ਨਹੀਂ ਗਏ ਸੀ ਚੌਲੇ ਫਲੀਆਂ ਦੀ ਮਿੱਟੀ ਲਾਉਣ, ਉਦੋਂ ਨਾ ਤੁਸੀਂ ਤਾਂ ਆ ਗਏ ਸੀ। ਆ ਤੁਹਾਡੇ ਮਗਰੋਂ ਨਾ 3-8 ਵਾਰੀ ਮੈਨੂੰ ਬਾਹਲਾ ਕੁਛ ਬੋਲਦੇ ਸੀ। ਮੈਨੇ ਨਾ ਉਹਨਾਂ ਦੇ ਚੱਪਲ ਮਾਰੀ ਬਗਾ ਕੇ, ਅਤੇ ਉਹਨਾਂ ਨੇ ਮੇਰੀ ਚੱਪਲ ਨਹੀਂ ਮੋੜੀ ਹੈਗੀ। ਮੈਂ ਕਹਿੰਦੀ ਸੀ ਵੀ ਜਾ ਰਹੇ ਤੁਸੀਂ ਮੈਨੂੰ ਚੱਪਲਾਂ ਲਿਆ ਦਿਓ, ਜਾਂ ਮੇਰੀ ਐਂ ਕਰੋ ਉਹਨਾਂ ਤੋਂ ਚੱਪਲ ਵਾਪਸ ਲਿਆ ਦਿਓ। ਸ਼ਾਬਾਸ਼ ਤੇਰੇ, ਬਾਹ ਨਹੀਂ ਮਾਰੀਏ ਧੀਏ, ਉਹਨਾਂ ਨੇ ਤਾਂ ਕੋਈ ਸੋਟੀ ਮਾਰ ਕੇ ਨਾ ਖਰਾਬ ਕਰੇ, ਤੂੰ ਇੰਨੀ ਮਹਿੰਗੀ ਚੱਪਲ ਮਾਰਤੀ। ਜੀ ਮੈਂ ਕੀ ਕਰਦੀ, ਹੁਣ ਗੁੱਸਾ ਆ ਗਿਆ ਬੰਦੇ ਨੂੰ, ਬੋਲੀ ਜਾਂਦੇ ਸੀ ਉਹ ਮੇਰੇ ਪੈਰਾਂ 'ਚ ਚੱਪਲਾਂ ਸੀ, ਮੈਂ ਮਾਰੀ ਵਗਾ ਕੇ ਉਹਦੇ। ਮੈਂ ਉਹਨੂੰ ਕਿਹਾ ਸੀ ਵੀ ਮੇਰੀ ਚੱਪਲ ਵਾਪਸ ਮੋੜ ਦੇ, ਢਹਿ ਜਾਣਾ ਚੱਪਲ ਲੈ ਕੇ ਆਪਦੇ ਘਰੇ ਛਾਲ ਮਾਰ ਗਿਆ। ਨਹੀਂ ਅਜੂ ਤਾਂ ਕੋਈ ਟਰੋੜੇ ਮਾਰਦੀ ਸਾਲੇ ਦੇ ਸਿਰ 'ਚ ਚੱਕ ਕੇ ਸਰਤਾ ਪਾਟ ਜਾਂਦਾ, ਮਾਰੀ ਚੱਪਲ। ਨਾਲੇ ਬੱਸ ਕਰ ਹੁਣ, ਭੁੱਲ ਜਾ ਵੀ ਤੇਰੀ ਚੱਪਲ ਵੀ ਵਾਪਸ ਆ ਜੂਗੀ। ਓਏ ਹੁਣ ਤਾਂ ਚੱਪਲ ਮਾਰੀ ਦੀ, ਜੇ ਕਿਤੇ ਤੂੰ ਆਪ ਉਹਨਾਂ ਦੇ ਵਿਹੜੇ 'ਚ ਪੈਰ ਧਰ ਲੈਂਦੀ, ਉਹਨਾਂ ਦਾ ਤੈਨੂੰ ਵੀ ਆਣ ਦੇਣਾ ਸੀਗਾ। ਮਾਮੀ, ਮਾਮੀ ਦਾ ਨਾਂ ਨਾ ਲੈ, ਬੜਾ ਦੁੱਖ ਦੇ ਕੇ ਗਈ ਹੈ, ਬੜਾ ਦੁੱਖ ਦੇ ਕੇ ਗਈ ਹੈ। ਕਦੋਂ ਗੁਜ਼ਰੀ ਸੀ ਮਾਮਾ? ਮਾਮਾ ਕਦੋਂ ਗੁਜ਼ਰ ਗਈ ਸੀ ਮਾਮੀ? ਉਹ ਕਾਹਨੂੰ ਗੁਜ਼ਰੀ ਹੈ, ਅੱਜ ਗਈ ਕਿਸੇ ਨਾਲ, ਅੱਜ ਗਈ ਮੈਂ ਬਾਗਿਆ ਦਬਈ ਮਗਰੋਂ ਭੱਜ ਗਈ। ਮਾੜੀਏ ਹੋਈ ਮਾਮਾ ਫਿਰ ਤੇਰੇ ਨਾਲ ਵੀ। ਮਾਮਾ ਫਿਰ ਤਾਂ ਲੱਭੀ ਰੁਬੀ। ਉਹ ਫਿਰ ਕੀ ਲੱਭੇ ਇਹੋ ਜਿਹੀ ਤੀਵੀਂ ਨੂੰ, ਕੀ ਲੱਭਣਾ ਹੈ ਨਾ ਮੁੜ ਕੇ। ਫਿਰ ਆਪਾਂ ਕੋਈ ਝਾ ਕੇ ਰੱਖੀ, ਮੈਂ ਕਿਹਾ ਚੱਲ ਛੜੀ ਚੰਗੇ ਭਾਈ, ਦੁਬਾਰੇ ਵਿਆਹ ਕਰਾ ਲੈਂਦਾ ਨਾ ਮਾਮੇ। ਚੱਲ ਦੇਖਦੇ ਆ ਫਿਰ, ਆਪਣਾ ਇਕੱਠੇ ਹੀ ਕਰਾਂਗੇ ਬੰਦੋਬਸਤ ਕੋਈ। ਮੈਨੂੰ ਨਹੀਂ ਪਤਾ, ਮੇਰੀ ਤਾਂ ਚੱਪਲ ਲਿਆ ਕੇ ਦੋ, ਮਸਾਂ ਮੈਂ ਇੰਨੀ ਮਹਿੰਗੀ ਚੱਪਲਾਂ ਲਿਆਂਦੀਆਂ ਸੀਗੀਆਂ। ਮੈਥੋਂ ਕਸੂਤਾ ਟੱਪਾ ਨਿਕਲਿਆ ਸੀਗਾ, ਫਿਰ ਬਗਾਈ ਕਾਹਤੋਂ ਦੀ ਬਣੀ ਹੈ ਮਹਿੰਗੀ ਮਹਿੰਗੀ ਦੀ, ਹੋਰ ਲਿਆ ਦੂੰਗਾ ਮੈਂ। ਪਹਿਲਾਂ ਵਾਂਗੂ ਪੰਗਾ ਕਰਾ ਦੇਗੀ, ਉਦੋਂ ਕੋਈ ਗੱਲ ਨਹੀਂ ਬਾਤ ਸੀ। 20,000 ਰੁਪਇਆ ਲੱਗ ਗਿਆ ਸੀਗਾ ਉਹਨਾਂ ਨਾਲ ਪੰਗਾ ਲਏ ਦਾ, ਉਹਨਾਂ ਨੂੰ ਤਾਂ ਮਾੜੀ ਮੋਟੀ ਕੋਈ ਸੰਗ ਸਰਮ ਹੈ ਨਹੀਂ, ਉਹਨਾਂ ਨੇ ਤਾਂ ਰੋਟੀ ਉਰੇ ਖਾਣੀ ਹੈ, ਮੇਰੇ ਸਾਲੇ ਕਹਿੰਦੇ ਜੇਲ੍ਹ 'ਚ ਹੀ ਖਾ ਲਾਂਗੇ, ਇਹ ਉਹਨਾਂ ਨੂੰ ਤਾਂ ਠਾਣੇ ਵਾਲੇ ਰੱਖ ਕੇ ਰਾਜੀ ਨਹੀਂ ਹੈਗੇ। ਫਿਰ ਹੁਣ ਮੇਰੀਆਂ ਚੱਪਲਾਂ ਦਾ ਕੀ ਕਰੇਗਾ? ਤੇਰੀਆਂ ਚੱਪਲਾਂ ਪਰਾਉਣੀ ਨਵੀਂ ਲਿਆ ਦੂੰਗਾ, ਛੱਡ ਦੇ ਮੇਰਾ ਪਿੰਡਾ। ਐਂ ਕਿ ਮੈਂ ਕਿਹੜਾ ਛੱਡਦਾ, ਮੈਨੂੰ ਤਾਂ ਉਹੀ ਚੱਪਲ ਚਾਹੀਦੀ ਆ, ਜੇ ਤੂੰ ਨਹੀਂ ਨਾ ਲਿਆ ਕੇ ਦਿੰਦਾ ਮੈਂ ਆਪ ਭੱਜ ਜਾਊਂ ਉਹਨਾਂ ਦੇ ਘਰੇ। ਵੀ ਮੈਨੂੰ ਤਾਂ ਲੋਕਾਂ ਦੀ ਸ਼ਰਮ ਮਾਰ ਜਾਂਦੀ ਆ, ਵੀ ਛੜਿਆਂ ਦੇ ਘਰੇ ਫਿਰਦੀ ਆਗੀ। ਮੈਂ ਘੁੰਡ ਕੱਢ ਕੇ ਜਾਊਂਗੀ ਔਰ ਚੱਪਲ ਤਾਂ ਆਪਦੀ ਲੈ ਕੇ ਆਊਂਗੀ। ਬੜਾ ਛੱਪਾ ਛੜਿਆ ਬਈ, ਜੋ ਮਰਜ਼ੀ ਕਰ ਲਈ, ਜਾ ਲੈ ਆਈ ਮੇਰੇ ਨਾਲ, ਲਾ ਜਾ ਬਾਜੀ ਮਾਰ ਆ ਫੜ ਗਲਾਸ, ਮੈਂ ਚੱਲਿਆ। ਮੇਰੀ ਗੱਲ ਤਾਂ ਸੁਣ ਜਾ। ਸੁਣ ਲਈ ਤੇਰੀ ਗੱਲ, ਜਾ ਉਹਦਾ ਚੱਕ ਲਈ। ਕੋਈ ਗੱਲ ਨਹੀਂ,
ਤੂੰ ਨਹੀਂ ਨਾ ਆਖੇ ਲੱਗਦਾ, ਮੈਂ ਜਾਊਂਗੀ, ਮੈਨੂੰ ਦੇਖਦੀ ਆਂ, ਕੌਣ ਰੋਕ ਕੇ ਦੇਖਾਂਗਾ, ਚੱਪਲ ਤਾਂ ਮੈਂ ਆਪਦੀ ਲੈ ਕੇ ਆਉਂ। ਏ ਇਹਨੂੰ ਕੀ ਪਤਾ ਇਹ ਗੱਲ ਦਾ, ਦੁੱਖ ਦੀਆਂ ਅੱਖਾਂ ਨੇ ਲੇਪ ਚਿੱਤੜਾਂ ਤੇ। ਸਹੀ ਹੈ ਜੀ। ਉਹ ਪਾਣ ਜੇ ਆ ਸਪੇਰੇ ਨੂੰ ਵੀ ਪਾ ਚਾਹ ਹੋਏ। ਮੈਂ ਕਸਾੜ ਤੇ ਮਰੂੰ ਸਪੇਲਾ ਕਹਿਣਾ ਮੈਨੂੰ। ਓਏ ਮਾਮਾ ਮਾਮਾ ਬੱਧੇ, ਮੈਂ ਕੋ ਬਾਈ ਬੋਲਦਾ। ਇਹਦਾ ਮਾਮਾ ਆਪਣਾ ਮਾਮਾ ਸਾਲੇ, ਆਪਣੇ ਤਾਂ ਮਾਮਾ ਹੈ ਹੀ ਨਹੀਂ। ਓ ਯਾਰ ਆ ਕਿੱਥੋਂ ਆ ਗਿਆ? ਆਨੇ ਆ ਬੈਠਾ। ਅੱਛਾ ਅੱਛਾ ਅੱਛਾ, ਉਹ ਵੱਡਾ ਇਹ ਤਰਨਾਟ, ਉਹ ਤੇਰਾ ਤਾਂ ਨੌਂ ਵੀ ਮੈਂ ਧਰ ਕੇ ਗਿਆ ਤੀ, ਗੁੜਤੀ ਵੀ ਮੇਰੀ ਹੈ ਤੈਨੂੰ ਤਾਂ। ਅੱਛਾ ਮੰਨਦਾ ਨਹੀਂ ਤੀ, ਤੇਰਾ ਨਾਮ ਕਿਵੇਂ ਜਾਣਦਾ ਇਹ? ਮਾਮਾ ਆਪਣਾ ਨਾ ਕਿਆ ਪਤਾ ਤੈਨੂੰ? ਉਹ ਤਾਂ ਮੈਂ ਸਮਝ ਗਿਆ। ਬਹਿ ਜਾ ਪੁੱਤ, ਬਾਪੂ ਦਾ ਨਾਂ ਵੀ ਜਾਣਦਾ ਮਾਮਾ। ਬਾਪੂ ਦਾ ਵੀ ਜਾਣਦਾ, ਬੇਬੇ ਦਾ ਵੀ ਜਾਣਦਾ ਹੂੰ, ਕਮਾਲ ਦੀ ਗੱਲ ਹੈ। ਕੀ ਨਾਂ ਤੀ ਦੱਸੀ? ਦੱਸ ਮਾਮਾ ਬੇਬੇ ਦਾ ਕੀ ਨਾਂ ਤੀ? ਉਹ ਭਾਈ ਤੁਸੀਂ ਉਰੇ ਜੋ ਮਰਜ਼ੀ ਕਹਿੰਦੇ ਹੋ, ਅਸੀਂ ਤਾਂ ਨਿੱਕੀ ਕਹਿੰਦੇ ਹੁੰਦੇ ਸੀ। ਬੱਚਾ ਉਹ ਜੋ ਨਿੱਕੀ ਸੀ ਬੇਬੇ ਦਾ ਨਾਮ, ਉਹ ਸੀ ਨਾ ਉੱਥੇ ਕਹਿੰਦੇ ਸੀ ਇਹ ਤੈਨੂੰ ਮਾਮਾ। ਉਰੇ ਆ ਕੇ ਤਾਂ ਯਾਰ ਨਾਮ ਬਦਲ ਲੈਂਦੇ ਹੁੰਦੇ ਨੇ, ਘਰ ਵਾਲੀ ਦਾ ਨਾਮ ਆਪਣੇ ਲਾਣੇਦਾਰ ਨੇ ਬਦਲਤਾ। ਦੁਬਈ ਤੋਂ ਆਇਆ, ਦੁਬਈ ਭੱਗ ਗਿਆ ਤੀ, ਮਾਮੀ ਆ ਜਿਹੜੀ ਇਹਦੀ ਮਾਮੀ ਭੱਜ ਗਈ। ਇਹਦੀ ਮਾਮੀ ਨੀ, ਮਾਮੇ ਆਪਣੀ ਮਾਮੀ, ਮਾਮੇ ਦੀ ਘਰ ਵਾਲੀ ਭੱਜ ਗਈ। ਮਾਮੇ ਨੇ ਘਰ ਵਾਲੀ ਆਪਣੀ ਮਾਮੀ ਭੱਜ ਗਈ, ਫਿਰ ਮਾਮਾ ਭੱਜ ਗਿਆ ਦੁਬਈ। ਹੈ ਫਿਰ ਤੂੰ ਬਾਅਦ ਚ ਉੱਥੇ ਆਪਦਾ ਕੰਮ ਕੁੰਮ ਕਰਿਆ, ਇਹ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਮੇਰੇ ਭਾਣਜੇ ਛੜੇ ਬੈਠੇ ਨੇ ਹਲੇ ਤੱਕ, ਕੁੜੀ ਨੀ ਜੁੜੀ, ਕਹਿੰਦਾ ਮੈਂ ਉਰੇ ਆ ਗਿਆ ਛੋਟੇ ਨਵੇ ਵੀ ਵਿਆਹ ਕਰ ਪਾਉ। ਮਾਮੇ ਨੇ ਹੋਰੇ ਬੋਲਣ ਲਾਤਾ ਮੈਂ ਵੀ ਨਾ, ਫਿਰ ਤੂੰ ਦੁਬਈ ਤੋਂ ਕਿਵੇਂ ਆ ਗਿਆ ਵੀ? ਦੇਸ਼ ਛੱਡ ਕੇ ਤਾਂ ਕੋਈ ਨੀ ਆਉਂਦਾ ਹੁੰਦਾ। ਓਏ ਉਰੇ ਆ ਗਿਆ ਭਾਈ ਮੈਂ, ਉੱਥੇ ਹੜ ਹੁੜ ਜੇ ਆ ਗਏ, ਉੱਥੇ ਕਾਰੋਬਾਰ ਜਾਂ ਕੁਛ ਚੱਲਿਆ ਨਹੀਂ। ਓ ਯਾਰ ਤੈਂ ਕੀ ਟਿੰਡੀਆਂ ਲੈਣੀਆਂ ਨੇ ਵੀ ਮਾਮਾ ਕਿਉਂ ਆ ਗਿਆ? ਮਾਮਾ ਮਸਾਂ ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਯਾਰ, ਊਂ ਬੋਲੀਆਂ ਗੱਲਾਂ ਕਰੀ ਜਾਂਦਾ। ਉਹ ਨਾਲੇ ਇੱਕ ਗੱਲ ਹੋਰ ਸੁਣ ਲੈ ਓਏ, ਮਾਮੇ ਨੇ ਸਾਡੇ ਦੋਵਾਂ ਦਾ ਰਿਸ਼ਤਾ ਕਰਾਉਣ ਦੀ ਗੱਲ ਕਰੀ, ਤੇਰੀ ਨਹੀਂ ਹੋਈ ਵਿੱਚ ਨਾ ਟੰਗੜਾ ਦੀ। ਨਹੀਂ ਫਿਰ ਮਾਮਾ ਜੀ ਸਤਿ ਸ਼੍ਰੀ ਅਕਾਲ। ਮਾਮੇ ਸਤਿ ਸ਼੍ਰੀ ਅਕਾਲ। ਮੈਨੂੰ ਹੋਰ ਲੱਗਦਾ ਗੱਲ ਇਹਦੇ ਕਰਕੇ ਨੀ ਤੁਹਾਡਾ ਰਿਸ਼ਤਾ ਹੋ ਰਿਹਾ। ਹਾਏ ਮਾਮਾ ਦਿਲ ਦੀਆਂ ਬੁਝਲੀਆਂ ਓਏ, ਮੈਂ ਅੱਖ ਪਛਾਣਦਾ ਬੰਦੇ ਦੀ, ਅੱਖ ਪਛਾਣਦਾ ਮੈਂ। ਉਹ ਮਾਮਾ ਨੀ ਹੈਗਾ ਆਪਣਾ ਇਹ, ਓਏ ਚਾਦਰਾ ਤਾਂ ਦੇਖ ਕਿਹਾ ਜਾ ਪਾਇਆ ਸਪੇਲਿਆਂ ਵਰਗਾ, ਬੂਥੀ ਦੇਖ ਕੇ ਇਹੋ ਜਿਹੀ ਬਣਾਈ ਹੈ, ਆਹ ਪਰਨਾ ਤਾਂ ਚੱਜ ਨਾਲ ਬੰਨ ਲਿਆ ਕਰੋ। ਉਹ ਕੌਣ ਸਾਕ ਕਰੂ ਤੁਹਾਡੇ ਓਏ, ਆਹ ਦੇਖ ਆਹ ਕਿਵੇਂ ਮੈਨੂੰ ਛੱਡ ਕੇ ਇਹਨਾਂ ਦਾ ਵਿਆਹ ਕਰੇਗਾ, ਅੱਲ ਹੋਰ ਪੈ ਜੂਗੀ ਵੀ ਛੋਟਾ ਨੇ ਵਿਆਹ ਕਰਾ ਲਿਆ, ਤੂੰ ਪਹਿਲਾਂ ਮੇਰੇ ਵਾਸਤੇ ਦੇਖ ਕੁੜੀ। ਇਹਨੂੰ ਦੇ ਦੇ ਦੋਣੇ। ਜਦੋਂ ਮਾਮੇ ਨੇ ਖਿਆਲ ਛੱਡਤਾ ਤੀਮੀ ਦਾ, ਤੂੰ ਕਿਉਂ ਨੀ ਛੱਡਦਾ ਮੈਨੂੰ ਐਂ ਦੱਸ? ਨਹੀਂ ਤੂੰ ਨਾਲੇ ਕਹਿੰਦੇ ਕਰਵਾ ਕੇ ਛੱਡਿਆ, ਪਹਿਲਾਂ ਤਾਂ ਨਾ ਡਬਲ ਬੈੱਡ ਤੇ ਸੋਇਆ ਇਹ। ਭੱਜ ਗਈ ਤੀ, ਭੱਜ ਗਈ ਤੀ, ਕੇਰਾ ਦਾ ਮੈਂ ਡਬਲ ਬੈੱਡ ਤੇ ਸੋ ਗਿਆ ਨਾ ਇਹ। ਓਏ ਤਰਨਾਟ ਕਿਹੜੇ ਡਬਲ ਬੈੱਡ ਕਿਹੜੇ, ਬਸ ਮੈਂ ਤਾਂ ਮੈਂ ਤਾਂ ਲਿਆਉਂਗੀ, ਮੈਂ ਤਾਂ ਥੋੜਾ ਝੁਲਸ ਮੰਡੂਆ ਕਰੂੰਗੀ।
ਮੇਰਾ ਸਾਲਾ ਗੋਪੀ ਫਰਿੰਦਪੁਰੀ ਬਣਿਆ ਫਿਰਦਾ ਲੈ ਦੱਸ ਮਾਮਾ 11,000 ਇਹਦੇ ਟੱਟੂ ਤੇ ਲਾਤਾ ਇਹਨੇ ਦੱਸ ਕੀ ਕੱਢਿਆ 11,000 ਤੇ ਫਰਿੱਜ ਨਾ ਲਿਆਉਂਦੇ ਨਾਲ ਆਉਂਦਾ ਕੂਲਰ ਬਾਪੂ ਦੀ ਫੋਟੋ ਲਾਈ ਫਿਰਦਾ ਜਿਉਂਦੇ ਨੂੰ ਪਾਣੀ ਨੀ ਪੁੱਛਿਆ ਨੇ ਉਹ ਖੰਘ ਦੀ ਦਵਾਈ ਮੰਗਦਾ ਮਰ ਗਿਆ ਉਹ ਕਹਿੰਦਾ ਖੰਘ ਦੀ ਦਵਾਈ ਲਿਆ ਦੇ ਸ਼ਰਮ ਕਰੋ ਕੰਜਰ ਦੋ ਜਿਹੋ ਜਿਹਾ ਰੱਬ ਦੇ ਮੂੰਹ ਚ ਦੇਤੀ ਜਿਹੋ ਜਿਹਾ ਵੱਡੇ ਭਾਈ ਦੇ ਮੂੰਹ ਚ ਦੇਤੀ ਚੱਪਲ ਦੇਖ ਲੈ ਬਾਪਾ ਵਰਗਾ ਮਾ ਲੋ ਰੱਬ ਕਿਹੜੇ ਪਾਸੋਂ ਲੱਗਦਾ ਯਾਰ ਮਾ ਇਹ ਛੁਕਣਾ ਸਾਡੇ ਘੜੇ ਜਨਾਨੀ ਵਾੜਤੀ ਤੇ ਪੈਰ ਪਾਇਆ ਸਾਡੇ ਘੜੇ ਜਨਾਨੀ ਨੇ ਬੇ ਰੱਬ ਨੂੰ ਫਿਰ ਧਿਆਲੀ ਪਹਿਲਾਂ ਮੇਰੀ ਗੱਲ ਸੁਣ ਲਾ ਕਿਉਂ ਜਲੂਸ ਕੱਢਦਾ ਕੰਜਰ ਦਿਆ ਇਹ ਤਾਂ ਮੇਰੀ ਮੰਗ ਹੈ ਕੀ ਬੋਲਦਾ ਵੇ ਮਤਲਬ ਜਦੋਂ ਦੋ ਸਿਆਣੇ ਬੰਦੇ ਗੱਲਾਂ ਕਰ ਦਿੰਦੇ ਕੰਜਰ ਦਿਆ ਨਿਆਣੇ ਵਿੱਚ ਬੋਲਿਆ ਨੀ ਕਰਦੇ ਜਾ ਉੱਥੇ ਚਾਹ ਪੀ ਪੀਨਾ ਚਾਹ ਮਾੜਾ ਜਿਹਾ ਕੁੰਡ ਚੱਕਦੇ ਭਰਜਾਈ ਛਾਕੜ ਤਾਂ ਦੇਖ ਲਈਏ ਛੜਿਆਂ ਦੀ ਜੂਨ ਛੁੱਟਣ ਜੂ ਮਾਮਾ ਕੀ ਕਹੂਗਾ ਪੱਕ ਜਾ ਉੱਥੇ ਕਹਿਣ ਕੀ ਤੀਆਂ ਪਿੱਛੇ ਹੋਈ ਮੈਂ ਤਾਂ ਆਪਦੀ ਜੁੱਤੀ ਲੈਣ ਆਈ ਹਾਂਗੀ ਜੁੱਤੀ ਲੈਣ ਆਈ ਹੈਗੀ ਮਤਲਬ ਕਿ ਚੱਪਲ ਮੇਰਾ ਵੀ ਦਿਮਾਗ ਹਿਲਾ ਕੇ ਧਰਤਾ ਦੇ ਦਿੰਦੇ ਬਸ ਮੈਂ ਉਰੇ ਠੀਕ ਆ ਮੈਨੂੰ ਮੇਰੀ ਚੱਪਲ ਦੇ ਦੋ ਆਪਾਂ ਵੀ ਐ ਨਾ ਕਰ ਦੇਖੀ ਆ ਮਾੜਾ ਜਿਹਾ ਕੰਧੋਲੀ ਜੀ ਟੱਪ ਜਾ ਸਾਡੇ ਘਰੇ ਵੀ ਝਾਂਜਰਾਂ ਖੜਕ ਜਾਣਗੀਆਂ ਫੋਨ ਕਰਕੇ ਹੁਣ ਬੁਲਾ ਲੂੰਗੀ ਪੁਲਿਸ ਮੈਂ ਜਿਹੜੇ ਕੰਮ ਆਈ ਹੈ ਚੱਪਲ ਦੇ ਦੋ ਤੁਸੀਂ ਕੀ ਕਰਨਾ ਇੱਕ ਚੱਪਲ ਦਾ ਭਲਾ ਮੈਂ ਦੇਖੇ ਨੰਗੇ ਪੈਰੀ ਫਿਰਦੀ ਲਵੇ ਹੈ ਨਹੀਂ ਪਰਜਾਈ ਤੇਰੀ ਚੱਪਲ ਅਸੀਂ ਚੱਪਲ ਅਸੀਂ ਨਹੀਂ ਦਿੰਦੇ ਪਰਜਾਈ ਚੱਪਲ ਜਿਹੜੇ ਕੁਛ ਹੋ ਜੇ ਕਰਨਾਟ ਨੇ ਕਿਹੜਾ ਕਹਿਤਾ ਜਦੋਂ ਕਹਿਤਾ ਵੀ ਉਹ ਨਹੀਂ ਦਿੰਦਾ ਚੱਪਲ ਨਹੀਂ ਦਿੰਦਾ ਫਿਕਰਾਂ ਨਹੀਂ ਤੂੰ ਕੀ ਕਿਹਾ ਤੀ ਤੁਸੀਂ ਨੇ ਮੇਰੀ ਚੱਪਲ ਦੇ ਦੋ ਨਾ 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 ਅੱਛਾ ਚੱਪਲ ਤੋਂ ਪਹਿਲਾਂ ਕੀ ਕਿਹਾ ਤੀ ਜੀ ਜੀ ਫਸਟ ਵਾਰ ਆਉਂ ਕਹੇ ਇੱਕ ਵਾਰੀ ਜੀ ਮੇਰੀ ਚੱਪਲ ਦੇ ਦੋ ਤੁਹਾਡੇ ਕੀ ਕੰਮ ਆ ਗਈ ਨਹੀਂ ਦਿੰਦਾ ਇਹ ਚੱਪਲ ਅਣਖੀ ਬੰਦਾ ਨੇ ਕਿਹਦਾ ਕਿਹਦਾ ਤਾਂ ਚਾਹੀਦਾ ਹਾਂ ਐ ਕਿਵੇਂ ਦੇ ਦੋ ਚੱਪਲ ਕਿਉਂ ਵੀ ਪੋਨੇ ਫਸਟ ਵਾਰ ਹੋਰ ਕਹਿਓ ਜੀ ਮੇਰੀ ਚੱਪਲ ਦੇ ਦੋ ਕੰਚਰ ਦੇ ਵੀ ਜੇ ਉਹ ਦਿਨ ਕਹਿੰਦੀ ਜੀ ਮੈਂ ਉਹ ਦਿਨ ਹੀ ਨਾ ਚੱਪਲ ਦੇ ਦਿੰਦਾ ਤੈਨੂੰ
ਮੇਰੀ ਗੱਲ ਸੁਣ ਲਾ, ਤੁਹਾਡੇ ਤੇ ਮੈਂ ਕੇਸ ਕਰੂੰਗੀ, ਠੀਕ ਆ? ਬੁਲਾ ਕੇ ਸਰਪੰਚ ਨੂੰ ਇਕੱਠ ਕਰਕੇ ਥੋੜਾ ਜਲੂਸ ਕੱਢੋ ਉੱਥੇ। ਤੁਹਾਡਾ ਤਾਂ ਮੈਂ ਆਪਦੇ ਤੇ ਪਰਛਾਵਾਂ ਨਾ ਪੈਣ ਦੇਵਾਂ। ਸਾਲਾ ਬੜਿਆ ਜੀ ਦਾ, ਮੇਰੀ ਗੱਲ ਸੁਣ ਲੈ, ਇਕੱਠ ਕਰਨਾ ਕਰ ਲੈ, ਸਾਡੇ ਤੇ ਕਿਹੜਾ ਪਹਿਲੀ ਵਾਰੀ ਹੋਊਗਾ, ਰੋਜ਼ ਹੀ ਹੁੰਦਾ ਕਿਉਂ ਮਾਮਾ? ਓਏ ਮਾਮਾ ਕੀ ਕਹੇ, ਤੂੰ ਤਾਂ ਜਲੂਸੇ ਹੋਰ ਕੱਢ ਲਿਆ ਯਾਰ। ਖਸਮਾ ਅਸੀਂ ਤੇਰੇ ਪਿੱਛੇ। ਮੇਰੇ ਆਏ ਤੋਂ ਦੇਖੋ ਤੀਮੀ ਦਾ ਪਰਛਾਵਾਂ ਤਾਂ ਪੈ ਗਿਆ ਤੁਹਾਡੇ ਘਰੇ, ਪੈੜ ਤਾਂ ਹੋ ਗਈ। ਮਾਮਾ ਪੈ ਗਿਆ, ਤੇਰੀ ਗੱਲ ਮੰਨਦੇ, ਜਿਹੜਾ ਅੱਜ ਸਾਰਾ ਮੂਹਰੇ ਜਲਾਦ ਲੱਗ ਰਿਹਾ, ਇਹ ਤੀਮੀ ਨੂੰ ਬਖਸਦੀ ਨੀ। ਮੈਨਾਂ ਛੜਾ ਮੂਹਰੇ ਅੜ ਜੂ। ਤੂੰ ਮੜਾ ਮੋਟਾ ਖਿਆਲ ਰੱਖਿਆ ਕਰੋ ਜੱਬਲ ਜਿਹਾ, ਸੁਣ ਗਿਆ? ਕਮਾਣ ਦੀ ਗੱਲ ਹੋਣੀ ਹੈ ਤਾਂ ਹੀ ਚਿੱਤੜ ਕਰਾ ਲਏ ਲਾਲ ਬਾਂਦਰ ਵਰਗੇ। ਹਲੇ ਮੇਰਾ ਸਾਲਾ ਕਹਿੰਦਾ ਵੱਡਾ ਭਾਈ ਰੱਬ ਹੁੰਦਾ, ਭਾਈ ਯਾਰ ਛੜਾ ਰੱਬ ਮੈਂ ਪਹਿਲੀ ਵਾਰੀ ਦੇਖਿਆ, ਜਿਹੜਾ ਤੀਮੀ ਦੇ ਗਿੱਟੇ ਜਿਹੜੇ ਕਿਤੇ ਜਾਂਦਾ। ਅਸੀਂ ਕਹੀ ਜਾਂਦੇ ਵੀ ਅਣਖੀ ਆ ਸਾਡਾ ਭਾਈ, ਜਿੰਦਾ ਨਹੀਂ ਜੁੱਤੀ ਆਪ ਚੱਕ ਕੇ ਜੜਕ ਦੇਣੇ ਕਰਤੀ ਭਾਣਦੇ ਇਹ ਦੋਣੇ, ਉੱਤੋਂ ਇਹਦੇ ਮਾਰੀ ਚੱਪਲ ਉਹਦੇ ਹੁੰਦੇ। ਚੱਲ ਮੰਜਾ ਝਾੜੋ। ਹਲੋ ਉਹੀ ਤਾਂ ਗੱਲ ਹੈ, ਮਜ਼ਾ ਆਉਣੇ ਕਿਵੇਂ ਦੋ। ਮੈਂ ਹੁਣ ਤੇਰੇ ਮਨ ਨੂੰ ਸਾਰ ਜਲੂਸ ਕੱਢ ਹੀ ਜਾਂਦਾ ਹੋਊਗਾ। ਤੂੰ ਹੀ ਮੱਚ ਗਈ।